ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਗਰ ਪੰਚਾਇਤ ਕੰਗਣਾਬੇਟ ਵੱਲੋਂ ਅਤਿ ਜ਼ਰੂਰੀ ਸੂਚਨਾ ਹੈ ਕਿ ਪਿੰਡ ਵਿੱਚ ਹੋਈ ਲੁੱਟ ਖੋਹ ਦੀ ਵਾਰਦਾਤ ਤੋਂ ਬਾਅਦ ਪੰਚਾਇਤ ਵੱਲੋਂ ਲੋਕਾਂ ਦੇ ਹਿੱਤ ਵਿੱਚ ਸਖ਼ਤ ਫੈਸਲਾ ਲਿਆ ਗਿਆ ਹੈ ਕਿ ਅੱਜ ਤੋਂ ਬਾਅਦ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਮੰਗ ਤੇ ਉਗਰਾਹੀ ਕਰਨ ਵਾਲੇ ਕਿਸੇ ਵੀ ਅਣਜਾਣ ਵਿਅਕਤੀ ਨੂੰ ਘੁੰਮਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ ਨੂੰ ਰੋਕਣ ਲਈ ਨਗਰ ਪੰਚਾਇਤ ਦਾ ਸਹਿਯੋਗ ਦਿਓ ਜੀ। ਦੂਜੀ ਬੇਨਤੀ ਇਹ ਹੈ ਕਿ ਪਿੰਡ ਵਿੱਚ ਪੁਰਾਣਾ ਕਬਾੜ ਲੈਣ ਵਾਲੇ, ਕੱਪੜਾ ਵੇਚਣ ਵਾਲੇ ਜਾਂ ਪਲਾਸਟਿਕ ਦਾ ਸਮਾਨ ਵੇਚਣ ਵਾਲੇ ਸਿਰਫ ਐਤਵਾਰ ਨੂੰ ਹੀ ਪਿੰਡ ਵਿੱਚ ਘੁੰਮ ਸਕਣਗੇ। ਸਬਜ਼ੀ ਵੇਚਣ ਵਾਲਿਆਂ ਨੂੰ ਇਸ ਰੋਗ ਤੋਂ ਛੂਟ ਹੋਵੇਗੀ, ਪਰ ਉਹ ਵੀ ਪੰਚਾਇਤ ਦਾ ਆਈਡੀ ਕਾਰਡ ਗਲ ਵਿੱਚ ਪਾ ਕੇ ਹੀ ਘੁੰਮ ਸਕਣਗੇ। ਅਗਰ ਕੋਈ ਵੀ ਇਹਨਾਂ ਵਿੱਚੋਂ ਜ਼ਬਰਦਸਤੀ ਪਿੰਡ ਵਿੱਚ ਘੁੰਮਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸਦੀ ਸੂਚਨਾ ਤੁਰੰਤ ਪੰਚਾਇਤ ਨੂੰ ਦਿੱਤੀ ਜਾਵੇਗੀ। ਤੀਜੀ ਸੂਚਨਾ ਇਹ ਹੈ ਕਿ ਭਾਰਤ ਸਰਕਾਰ ਵੱਲੋਂ ਲਿਫਾਫਿਆਂ ਦੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ, ਇਸ ਲਈ ਪੰਚਾਇਤ ਵੱਲੋਂ ਢੇਰਾਂ ਵਿੱਚ ਬੋਰਡ ਲਗਾ ਦਿੱਤੇ ਗਏ ਹਨ, ਪਲਾਸਟਿਕ ਦੇ ਲਿਫਾਫੇ ਕੱਚ ਜਾਂ ਮਰਿਆ ਜੀਵ ਜੰਤੂ ਢੇਰਾਂ ਵਿੱਚ ਸੁੱਟਣਾ ਮਨਾ ਹੈ। ਕੱਚ ਨੂੰ ਢੇਰਾਂ ਕੋਲ ਪਏ ਡਰੰਮ ਵਿੱਚ ਹੀ ਪਾਓ ਅਤੇ ਲਿਫਾਫਿਆਂ ਨੂੰ ਘਰ ਵਿੱਚ ਹੀ ਅੱਗ ਲਾ ਕੇ ਨਸ਼ਟ ਕਰ ਦਿਓ ਜੀ। ਪੰਚਾਇਤ ਦੇ ਇਸ ਫੈਸਲੇ ਦੀ ਪਾਲਣਾ ਕੀਤੀ ਜਾਵੇ ਜੀ। ਚੌਥੀ ਬੇਨਤੀ ਇਹ ਹੈ ਕਿ ਪਿੰਡ ਵਿੱਚ ਨਾਲੀਆਂ ਦੀ ਸਫਾਈ ਲਈ ਕਰਮਚਾਰੀ ਰੱਖਿਆ ਗਿਆ ਹੈ ਜੋ ਕਿ ਇੱਕ ਮਹੀਨੇ ਬਾਅਦ 30 ਰੁਪਏ ਘਰ ਪਾਟੀ ਲਿਆ ਕਰੇਗਾ। ਅਗਰ ਉਹ ਸਹੀ ਢੰਗ ਨਾਲ ਸਫਾਈ ਨਹੀਂ ਕਰਦਾ ਤਾਂ ਇਸ ਦੀ ਸੂਚਨਾ ਪੰਚਾਇਤ ਦੇ ਕਿਸੇ ਵੀ ਮੈਂਬਰ ਨੂੰ ਦਿੱਤੀ ਜਾਵੇ। ਪਿੰਡ ਨੂੰ ਸਾਫ਼ ਸੁਥਰਾ ਰੱਖਣ ਲਈ ਪੰਚਾਇਤ ਦਾ ਸਹਿਯੋਗ ਦਿਓ ਜੀ।